ਮੈਂ ਦਲਜੀਤ ਭਾਜੀ ਦਾ ਫੈਨ ਤਾਂ ਸ਼ੁਰੂ ਤੋਂ ਹੀ ਹਾਂ ਅਤੇ ਮੈਂ ਨਾਲ ਨਾਲ ਮੈਨੂੰ ਹੋਰ ਸਿੰਗਰ ਸਿੱਧੂ ਮੂਸੇਵਾਲਾ ਜੀ ਨੂੰ ਪਸੰਦ ਨੇ। ਦਲਜੀਤ ਤੁਹਾਨੂੰ ਗਲੇ ਮਿਲਦੇ ਹੈ, ਅਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ, ਲੇਕਿਨ ਉਹ ਤੁਹਾਡੇ ਕੰਨ ਦੇ ਵਿੱਚ ਕੁਝ ਕਹਿੰਦੇ ਆ, ਕੀ ਕਿਹਾ ਸੀ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਆਏ ਕਿਹਾ ਸੀਗਾ ਕਿ ਮੇਰੀ ਪੱਗ ਬਹੁਤ ਸੋਹਣੀ ਆ। ਲੈ ਵੀ ਜਿੰਨਾ ਮਰਜ਼ੀ ਜ਼ੋਰ ਲਾ ਲਓ, ਇਹ ਪੱਗ ਦੀ ਸ਼ਾਨ ਇੰਦੇ ਮਰਕਰਾ ਰੜੀਆਂ ਹੋਵੇ ਨਾ। ਤੇ ਆਏ ਵੀ ਕਿਹਾ ਸੀਗਾ ਕਿ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਮਾਈਕ 'ਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਤੋਂ ਬਾਅਦ ਤੁਸੀਂ ਜੋ ਭੰਗੜਾ ਪਾਇਆ ਉਹ ਤੇ ਅਸੀਂ ਸਾਰਿਆਂ ਨੇ ਵੇਖਿਆ, ਤੇ ਤੁਸੀਂ ਨਰਵਸ ਹੋਏ ਸੀ ਜੋ ਸਾਨੂੰ ਤੁਹਾਡੀ ਪਰਫਾਰਮੈਂਸ ਦੇ ਵਿੱਚ ਤੇ ਨਜ਼ਰ ਨਹੀਂ ਆਇਆ? ਨਹੀਂ, ਮੈਂ ਨਰਵਸ ਤਾਂ ਨਹੀਂ ਸੀ ਹੋਇਆ, ਮੈਂ ਬਹੁਤ ਖੁਸ਼ ਸੀਗਾ ਤੇ ਹੈਪੀ ਸੀ ਕਿਉਂਕਿ ਅਸੀਂ ਹੋਰ ਵੀ ਵੱਡੀਆਂ ਸਟੇਜਾਂ ਤੇ ਭੰਗੜਾ ਪਾਇਆ ਗਾ, ਪਰ ਇੰਨਾ ਜ਼ਿਆਦਾ ਵਧੀਆ ਸਟੇਜ ਤੇ ਇੰਨੇ ਵਧੀਆ ਆਰਟਿਸਟ ਨਾਲ ਤਾਂ ਕਦੇ ਨਹੀਂ ਕੀਤਾ। ਜੈਕਟ ਜਦੋਂ ਬੋਰਨ ਟੂ ਸ਼ਾਈਨ ਦਿਖਾ ਕੇ ਤੁਹਾਡੇ ਜੈਕਟ ਪਾਈ ਤਾਂ ਆਈ ਥਿੰਕ ਸਾਰਿਆਂ ਲਈ ਉਹ ਬੜਾ ਇਮੋਸ਼ਨਲ ਜਿਹਾ ਮੂਮੈਂਟ ਸੀਗਾ। ਜੀ ਬਿਲਕੁਲ ਬਿਲਕੁਲ, ਬਹੁਤ ਜ਼ਿਆਦਾ ਇਮੋਸ਼ਨਲ ਸੀਗਾ ਅਤੇ ਸਾਰਿਆਂ ਨੇ ਉਸ ਮੂਮੈਂਟ ਨੂੰ ਬਹੁਤ ਇੰਜੋਏ ਕੀਤਾ। ਤੁਹਾਡੇ ਨਾਲ ਗੱਲ ਕਰਦੇ ਆ ਕਹਿੰਦੇ ਆ ਕਿ ਤੁਸੀਂ ਆਪਣੇ ਫਾਦਰ ਨੂੰ ਕਿਉਂ ਨਹੀਂ ਲੈ ਕੇ ਆਏ? ਹੁਣ ਅਸੀਂ ਸਪੈਸ਼ਲ ਥੈਂਕ ਯੂ ਕਾਰਡ ਨੂੰ ਬ੍ਰਿਸਬਨ ਵੀ ਜਾ ਰਹੇ ਹਾਂ ਇੱਕ ਸ਼ੋਅ 'ਚ, ਕੱਲ੍ਹ ਨੂੰ ਫਲਾਈਟ ਆ ਸਾਡੀ ਅਤੇ ਹੁਣ ਇਸ ਵਾਰ ਅਸੀਂ ਸਪੈਸ਼ਲ ਡੈਡੀ ਨੂੰ ਲੈ ਕੇ ਜਾ ਰਹੇ ਹਾਂ। ਦਲਜੀਤ ਨੂੰ ਮਿਲਣ ਤੋਂ ਬਾਅਦ ਜਾਂ ਸਟਾਰ ਬਣਨ ਤੋਂ ਬਾਅਦ ਕਿਵੇਂ ਦਾ ਰਿਹਾ ਸੀ ਪਹਿਲਾ ਉਹ ਦਿਨ? ਨੀਂਦ ਆ ਗਈ ਸੀ ਤੁਹਾਨੂੰ? ਨਹੀਂ, ਨੀਂਦ ਨਹੀਂ ਆਈ, ਮੈਂ ਤਾਂ ਬਾਹਲਾ ਖੁਸ਼ ਸੀਗਾ ਅਤੇ ਜਦੋਂ ਮੈਂ ਸਕੂਲ ਆਇਆ ਸੀ ਉਹ ਸਾਰੇ ਮੇਰੇ ਲਈ ਤਾੜੀਆਂ ਮਾਰ ਰਹੇ ਸੀਗੇ ਅਤੇ ਕਹਿੰਦੇ ਸੀਗੇ ਵੀ ਮੈਂ ਸੁਪਰ ਸਟਾਰ ਬਣ ਗਿਆ ਅਤੇ ਸਾਰੇ ਮੇਰੇ ਲਈ ਬਹੁਤ ਖੁਸ਼ ਸੀਗੇ। ਸੋ ਤੁਹਾਡੇ ਲਈ ਬਾਹਰ ਰਹਿ ਕੇ ਆਪਣੇ ਵਿਰਸੇ ਦੇ ਨਾਲ ਬੱਚਿਆਂ ਨੂੰ ਜੋੜੇ ਰੱਖਣਾ ਇਹ ਕਿਸ ਤਰ੍ਹਾਂ ਦਾ ਅਨੁਭਵ ਹੈ? ਘਰ ਦੇ ਵਿੱਚ ਮੈਂ ਪਹਿਲੇ ਦਿਨ ਤੋਂ ਇਹੀ ਮਾਹੌਲ ਬਣਾਇਆ ਸੀ ਕਿ ਅਸੀਂ ਇੰਗਲਿਸ਼ ਦੇ ਵਿੱਚ ਘਰ 'ਚ ਗੱਲ ਨਹੀਂ ਕਰਨੀ। ਇੰਗਲਿਸ਼ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰਦੇ ਸੀ ਅਤੇ ਬੋਲਦੇ ਸੀ ਸਟਾਰਟ ਜਦੋਂ ਇਹਨਾਂ ਦਾ ਸਕੂਲ ਹੋਇਆ, ਅਤੇ ਐਸ਼ਮਨ ਦੇ ਡੈਡੀ ਦੀ ਵੀ ਬਹੁਤ ਜ਼ਿਆਦਾ ਸਪੋਰਟ ਹੁੰਦੀ ਆ ਕਿਉਂਕਿ ਜੇ ਉਹਨਾਂ ਦੀ ਸਪੋਰਟ ਨਾ ਹੋਵੇ ਤਾਂ ਮੈਂ ਕਦੇ ਇਹਨਾਂ ਨੂੰ ਬਾਹਰ ਨਾ ਲੈ ਕੇ ਜਾਵਾਂ। ਅਤੇ ਮੰਡੇ ਟੂ ਫਰਾਈਡੇ ਮੇਰੀ ਜੋਬ ਹੁੰਦੀ ਆ, ਸੈਟਰਡੇ ਸੰਡੇ ਦੋ ਦਿਨ ਮਿਲੇ ਇਹਨਾਂ ਨੂੰ ਜੋ ਵੀ ਮੈਲਬਰਨ ਦੇ ਵਿੱਚ ਹੋ ਰਿਹਾ। ਇਹਨਾਂ ਦੀਆਂ ਭੰਗੜਾ ਪ੍ਰੈਕਟਿਸ ਚੱਲਦੀਆਂ ਨੇ, ਦੋ ਦੋ ਢਾਈ ਢਾਈ ਘੰਟੇ ਦੀਆਂ ਕਲਾਸਿਸ ਹੁੰਦੀਆਂ ਨੇ ਉਹ ਵੀ ਅਟੈਂਡ ਕਰਨੀਆਂ। ਸੈਟਰਡੇ ਨੂੰ ਇਹਨਾਂ ਦਾ ਪੰਜਾਬੀ ਸਕੂਲ ਹੁੰਦਾ ਹੈ, 3 ਤੋਂ 4 ਘੰਟੇ ਉੱਥੇ ਵੀ ਲੈ ਕੇ ਜਾਣਾ ਅਤੇ ਵੀਕ 'ਚ ਇੱਕ ਦਿਨ ਇਹਨਾਂ ਨੂੰ ਸੌਕਰ 'ਤੇ ਵੀ ਲੈ ਕੇ ਜਾਣਾ, ਵੀਕ 'ਚ 2 ਦਿਨ ਇਹਨਾਂ ਨੂੰ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਣਾ। ਸੋ ਮੇਰੀ ਟਰਾਈ ਹੁੰਦੀ ਹੈ ਕਿ ਮਤਲਬ ਇਹਨਾਂ ਦੀ ਜ਼ਿੰਦਗੀ ਦੇ 5 ਮਿੰਟ ਜਿੱਥੇ ਸੋਹਣੇ ਤਰੀਕੇ ਨਾਲ ਯੂਟੀਲਾਈਜ਼ ਹੋ ਜਾਣ ਉਹ ਮਤਲਬ ਕਰਦੇ ਆ ਪ੍ਰੋਪਰ ਤਰੀਕੇ ਨਾਲ। ਵੈਸੇ ਅਸ਼ਮਨ ਬੰਨਾ ਵੀ ਚਾਹੁੰਦੇ ਆ ਜ਼ਿੰਦਗੀ 'ਚ? ਹਾਂਜੀ, ਮੈਂ ਵੱਡਾ ਹੋ ਕੇ ਉਹਨਾਂ ਵਰਗਾ ਪਰਸਨ ਅਤੇ ਕਲਾਕਾਰ ਵੀ ਬਣਨਾ ਚਾਹੁੰਦਾ ਗਾ। ਮੈਂ ਹੁਣ ਸਿੰਗਿੰਗ ਵੀ ਸਿੱਖਣ ਲੱਗਿਆ ਗਾ ਅਤੇ ਇੱਕ ਮੂਵੀ ਦੇ ਵਿੱਚ ਛੋਟਾ ਜਿਹਾ ਰੋਲ ਮਿਲਿਆ ਸੀਗਾ ਮਿਸਟਰ ਸ਼ਦਾਈ, ਉਹ ਵੀ ਤੁਹਾਡੇ 'ਚ ਟਾਈਮ ਆ ਰਹੀ ਆ ਅਤੇ ਹਾਂਜੀ ਮੈਂ ਇਹੀ ਲਾਈਨ 'ਚ ਜਾਣਾ ਚਾਹੁੰਦੀ। ਸਤਿ ਸ਼੍ਰੀ ਅਕਾਲ ਜੀ, ਬਹੁਤ ਬਹੁਤ ਸਵਾਗਤ ਹੈ, ਮੈਂ ਜਸਵਿੰਦਰ ਕੌਰ ਅਤੇ ਤੁਸੀਂ ਵੇਖ ਰਹੇ ਹੋ ਸਿਨੇ ਪੰਜਾਬੀ। ਇੰਨੇ ਦਿਨੀ ਸਾਡੇ ਸਭ ਦੇ ਫੇਵਰੇਟ ਸੁਪਰ ਸਟਾਰ ਦਲਜੀਤ ਦੋਸਾਂਝ ਆਪਣੇ ਬੋਰਨ ਟੂ ਸ਼ਾਈਨ ਟੂਰ ਨੂੰ ਲੈ ਕੇ ਛਾਏ ਹੋਏ ਨੇ। ਅਸੀਂ ਉਹਨਾਂ ਦੀਆਂ ਬਹੁਤ ਸਾਰੀਆਂ ਕਲਿਪਸ ਦੇਖੀਆਂ ਜੋ ਹਾਲ ਹੀ ਦੇ ਵਿੱਚ ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਸ਼ੋਅ ਕੀਤਾ, ਸੋਲਡ ਆਊਟ, ਪਹਿਲੇ ਭਾਰਤੀ ਅਜਿਹੇ ਗਾਇਕ ਬਣੇ ਦਲਜੀਤ ਦੋਸਾਂਝ ਜਿਨ੍ਹਾਂ ਨੇ ਰੋਡ ਲੈਵਲ ਅਰੇਨਾ ਦੇ ਵਿੱਚ ਪਰਫੋਰਮ ਕੀਤਾ। ਅਸੀਂ ਅਕਸਰ ਹੀ ਦਲਜੀਤ ਦੋਸਾਂਝ ਦੇ ਸ਼ੋਜ਼ ਦੇ ਵਿੱਚ ਉਹਨਾਂ ਦੇ ਫੈਨਸ ਨੂੰ ਦੇਖਦੇ ਹਾਂ, ਕੁਛ ਅਜਿਹੇ ਇਮੋਸ਼ਨਲ ਮੂਮੈਂਟਸ ਸਾਡੇ ਸਭ ਦੇ ਦਿਲ ਨੂੰ ਛੂਹ ਜਾਂਦੇ ਨੇ। ਦਲਜੀਤ ਜਿਨ੍ਹਾਂ ਨੇ ਇੱਕ ਅਜਿਹਾ ਮੁਕਾਮ ਅੱਜ ਹਾਸਿਲ ਕਰ ਲਿਆ ਹੈ ਕਿ ਉਹਨਾਂ ਨੂੰ ਵੇਖਣ ਲਈ, ਉਹਨਾਂ ਨੂੰ ਛੂਹਣ ਲਈ ਜਾਂ ਉਹਨਾਂ ਦੀ ਇੱਕ ਨਜ਼ਰ ਕਿਸੇ ਫੈਨ 'ਤੇ ਚਲੀ ਜਾਏ, ਇਸ ਲਈ ਤਾਂ ਸ਼ਾਇਦ ਹਰ ਕੋਈ ਬੇਤਾਬ ਰਹਿੰਦਾ ਹੈ। ਹਾਲ ਹੀ ਦੇ ਵਿੱਚ ਦਲਜੀਤ ਦੇ ਸ਼ੋਅ ਵਿੱਚ ਅਸੀਂ ਇੱਕ ਛੋਟੇ ਬੱਚੇ ਨੂੰ ਦੇਖਿਆ ਜਿਸਦਾ ਨਾਮ ਹੈ ਅਸ਼ਮਨ ਸਿੰਘ ਸਿੱਧੂ। ਅਸ਼ਮਨ ਜਦੋਂ ਸਟੇਜ 'ਤੇ ਜਾਂਦੇ ਨੇ
ਨੇ ਤਾਂ ਹਰ ਕਿਸੇ ਨੂੰ ਲੱਗਦਾ ਜਿਵੇਂ ਇੱਕ ਛੋਟਾ ਦਲਜੀਤ ਆ ਗਿਆ। ਦਲਜੀਤ ਦੁਸਾਂਝ ਦਾ ਉਹਨਾਂ ਨੂੰ ਸਟੇਜ 'ਤੇ ਬੁਲਾਉਣਾ ਅਤੇ ਅਸ਼ਮਨ ਨੇ ਜਦੋਂ ਸਟੇਜ 'ਤੇ ਜਾ ਭੰਗੜਾ ਪਾਇਆ ਤਾਂ ਇਹ ਵੀਡੀਓਜ਼ ਤਾਂ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਵਾਇਰਲ ਹੋ ਗਈਆਂ ਕਿ ਹਰ ਕੋਈ ਅਸ਼ਮਨ ਸਿੰਘ ਸਿੱਧੂ ਦੇ ਬਾਰੇ ਜਾਣਨਾ ਚਾਹੁੰਦਾ ਸੀ। ਸੋ ਅਸ਼ਮਨ ਲਈ ਉਹ ਮੋਮੈਂਟਸ ਕਿਵੇਂ ਦੇ ਸਨ ਜਦੋਂ ਉਹ ਆਪਣੇ ਚਹੇਤੇ ਗਾਇਕ ਦਲਜੀਤ ਦੁਸਾਂਝ ਨੂੰ ਮਿਲੇ ਔਰ ਉਹ ਇੱਕ ਅਜਿਹਾ ਇਨਵਾਇਰਮੈਂਟ, ਇੱਕ ਸੋਲਡ ਆਊਟ ਸ਼ੋਅ, ਉਹ ਮੋਮੈਂਟਸ ਸਾਡੇ ਸਭ ਲਈ ਵੀ ਬੇਹੱਦ ਖਾਸ ਹਨ। ਸੋ ਅੱਜ ਸਾਡੇ ਨਾਲ ਸਪੈਸ਼ਲੀ ਆਸਟ੍ਰੇਲੀਆ ਮੈਲਬੋਰਨ ਤੋਂ ਅਸ਼ਮਨ ਸਿੰਘ ਸਿੱਧੂ ਅਤੇ ਉਹਨਾਂ ਦੇ ਮਦਰ ਜਸਵੀਰ ਕੌਰ ਜੁੜੇ ਨੇ। ਉਹਨਾਂ ਨਾਲ ਗੱਲਬਾਤ ਕਰਦੇ ਹਾਂ ਔਰ ਜਾਣਦੇ ਹਾਂ ਉਹ ਸਪੈਸ਼ਲ ਮੋਮੈਂਟਸ ਦੇ ਬਾਰੇ। ਸਤਿ ਸ਼੍ਰੀ ਅਕਾਲ ਅਸ਼ਮਨ ਐਂਡ ਜਸਵੀਰ ਮੈਮ, ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਚਲੋ ਪਹਿਲਾ ਸਵਾਲ ਆਪਾਂ ਅਸ਼ਮਨ ਤੋਂ ਹੀ ਕਰ ਲੈਂਦੇ ਹਾਂ। ਅਸ਼ਮਨ, ਤੁਸੀਂ ਸਟਾਰ ਬਣ ਚੁੱਕੇ ਹੋ, ਹਰ ਕੋਈ ਤੁਹਾਡੇ ਬਾਰੇ ਜਾਣਨਾ ਚਾਹੁੰਦਾ। ਦਲਜੀਤ ਦੁਸਾਂਝ ਤੁਹਾਡੇ ਅਜਿਹੇ ਫੇਵਰੇਟ ਆਰਟਿਸਟ ਰਹੇ ਨੇ ਕਿ ਜਿਨ੍ਹਾਂ ਦੀ ਇੱਕ ਝਲਕ ਪਾਉਣ ਲਈ ਸ਼ਾਇਦ ਤੁਸੀਂ ਵੀ ਬੇਤਾਬ ਸੀ, ਪਰ ਹੁਣ ਸਟਾਰ ਬਣ ਕੇ ਤੁਹਾਨੂੰ ਕਿੱਦਾਂ ਦਾ ਫੀਲ ਹੋ ਰਿਹਾ? ਮੈਂ ਦਲਜੀਤ ਭਾਜੀ ਦਾ ਫੈਨ ਤਾਂ ਸ਼ੁਰੂ ਤੋਂ ਹੀ ਹਾਂ ਅਤੇ ਮੈਂ ਨਾਲ ਨਾਲ ਮੈਨੂੰ ਹੋਰ ਸਿੰਗਰ ਸਿੱਧੂ ਮੂਸੇਵਾਲਾ ਜੀ ਵੀ ਪਸੰਦ ਨੇ ਅਤੇ ਜਦੋਂ ਮੈਨੂੰ ਸਟੇਜ 'ਤੇ ਬੁਲਾਇਆ ਸੀਗਾ ਉਦੋਂ ਮੈਂ ਵਰਡ ਵਿੱਚ ਐਕਸਪ੍ਰੈਸ ਨਹੀਂ ਸੀ ਕਰ ਸਕਦਾ ਕਿ ਮੈਂ ਕਿੰਨਾ ਖੁਸ਼ ਸੀਗਾ ਅਤੇ ਥੈਂਕਫੁਲ ਸੀਗਾ ਕਿ ਮੈਨੂੰ ਇੰਨੇ ਵਧੀਆ ਮੌਕਾ। ਹਾਂਜੀ ਅਸ਼ਮਨ, ਜਦੋਂ ਤੁਸੀਂ ਸਟੇਜ 'ਤੇ ਜਾਂਦੇ ਹੋ ਤੁਸੀਂ ਉਹਨਾਂ ਨੂੰ ਫਲਾਵਰਸ ਵੀ ਦਿੱਤੇ ਤਾਂ ਉਹ ਤੁਹਾਨੂੰ ਪੁੱਛਦੇ ਆ ਕਿ ਤੁਹਾਡੀ ਟਰਬਨ ਕਿਸਨੇ ਬੰਨੀ ਹੈ। ਹਰ ਕੋਈ ਤੁਹਾਡੇ ਵੱਲ ਦੇਖ ਰਿਹਾ ਸੀਗਾ ਕਿ ਇਹ ਕੌਣ ਪਿਆਰਾ ਜਿਹਾ ਬੱਚਾ ਹੈ। ਤੁਸੀਂ ਜਦੋਂ ਉਹਨਾਂ ਨਾਲ ਗੱਲ ਕਰ ਰਹੇ ਸੀ ਤਾਂ ਉਸ ਸਮੇਂ ਕੀ ਫੀਲ ਕਰ ਰਹੇ ਸੀ ਤੁਸੀਂ? ਮੈਂ ਤਾਂ ਬਸ ਐਂ ਸੋਚ ਰਿਹਾ ਸੀਗਾ ਕਿ ਮੈਂ ਕਿੰਨਾ ਲੱਕੀ ਹਾਂ ਅਤੇ ਬਾਬਾ ਜੀ ਦਾ ਪੂਰਾ ਥੈਂਕ ਯੂ ਕਰ ਰਿਹਾ ਸੀਗਾ। ਸੋ ਮੈਮ, ਤੁਹਾਨੂੰ ਵੀ ਬਹੁਤ ਬਹੁਤ ਮੁਬਾਰਕਾਂ, ਤੁਹਾਡਾ ਬੇਟਾ ਬਹੁਤ ਜ਼ਿਆਦਾ ਪਿਆਰਾ ਲੱਗ ਰਿਹਾ ਸੀਗਾ। ਇਹ ਕਹਿ ਸਕਦੇ ਹਾਂ ਕਿ ਉਹ ਵੀ ਇੱਕ ਤਰ੍ਹਾਂ ਦਾ ਇੰਸਪਾਇਰ ਕਰ ਰਿਹਾ ਸੀ ਬਹੁਤ ਸਾਰੇ ਬੱਚਿਆਂ ਨੂੰ। ਸੋ ਪਰਸਨਲੀ ਪੇਰੈਂਟਸ ਹੋਣ ਦੇ ਨਾਤੇ ਜਦੋਂ ਤੁਸੀਂ ਬਾਹਰ ਰਹਿੰਦੇ ਹਾਂ ਵੀ ਆਪਣੇ ਬੱਚਿਆਂ ਨੂੰ ਪੰਜਾਬੀ ਸੱਭਿਆਚਾਰ ਦੇ ਨਾਲ ਜੋੜ ਕੇ ਰੱਖਿਆ, ਸੋ ਤੁਹਾਡੇ ਲਈ ਇਹ ਫੀਲਿੰਗਸ ਕਿਵੇਂ ਦੀਆਂ ਨੇ ਜਦੋਂ ਅੱਜ ਤੁਹਾਡਾ ਬੱਚਾ ਜਿਹਦੀ ਚਰਚਾ ਹਰ ਪਾਸੇ ਹੋ ਰਹੀ ਹੈ? ਅਸੀਂ ਐਕਚੁਅਲੀ ਇਮੋਸ਼ਨਲ ਹੋ ਰਹੇ ਹਾਂ ਕਈ ਦਿਨਾਂ ਤੋਂ ਨਾ। ਬਹੁਤ ਪ੍ਰਾਊਡ ਮੂਵਮੈਂਟ ਆ ਸਾਡੀ ਸਾਰੀ ਫੈਮਿਲੀ ਲਈ, ਮੇਰੇ ਲਈ ਤਾਂ ਬਹੁਤ ਜ਼ਿਆਦਾ, ਕਿਉਂਕਿ ਬਹੁਤ ਜ਼ਿਆਦਾ ਐਫਰਟਸ ਕੀਤੇ ਨੇ ਪਿਛਲੇ ਕਈ ਸਾਲਾਂ ਤੋਂ ਅਤੇ ਇੱਥੇ ਮੈਲਬਰਨ ਦੇ ਵਿੱਚ ਲੋਕਲ ਈਵੈਂਟਸ ਜਿੰਨੇ ਵੀ ਹੁੰਦੇ ਰਹਿੰਦੇ ਨੇ ਅਤੇ ਮੈਂ ਦੋਨਾਂ ਬੱਚਿਆਂ ਨੂੰ ਲੈ ਕੇ ਜਾਂਦੀ ਹਾਂ। ਕਾਰਨ ਇਹੀ ਹੁੰਦਾ ਕਿ ਜਦੋਂ ਇਹ ਕਿਤੇ ਜਾਂਦੇ ਨੇ ਸਾਡੀ ਕਮਿਊਨਿਟੀ ਦੇ ਵਿੱਚ, ਇਹਨਾਂ ਨੂੰ ਸੋਸ਼ਲਾਈਜ਼ ਕਰਨਾ ਆਵੇ, ਇਹਨਾਂ ਦਾ ਕੌਨਫੀਡੈਂਸ ਬੂਸਟ ਹੋਵੇ, ਇਹਨਾਂ ਨੂੰ ਪਤਾ ਲੱਗੇ ਕਿ ਅਸੀਂ ਬਾਹਰ ਜਾ ਕੇ ਕਿੱਦਾਂ ਬਿਹੇਵ ਕਰਨਾ। ਅਤੇ ਪਰ ਆਹ ਵਾਲੀ ਜਿਹੜੀ ਮੂਵਮੈਂਟ ਸਾਡੀ ਲਾਈਫ ਦੇ ਵਿੱਚ ਆਈ ਹੈ ਇਹ ਸਾਡੀ ਲਾਈਫ ਟਾਈਮ ਮੂਵਮੈਂਟ ਬਣ ਗਈ ਹੈ ਨਾ। ਬਹੁਤ ਪ੍ਰਾਊਡ ਹੈ ਮੈਨੂੰ ਐਸ਼ਮਨ ਤੇ ਵੀ, ਕਿਉਂਕਿ ਇਹਨੇ ਬਹੁਤ ਕੌਨਫੀਡੈਂਸ ਦੇ ਨਾਲ ਸਟੇਜ 'ਤੇ ਸਭ ਕੁਛ ਸੰਭਾਲ ਲਿਆ ਅਤੇ ਬਿਲਕੁਲ ਨਰਵਸ ਨਹੀਂ ਹੋਇਆ ਅਤੇ ਇੰਨਾ ਅਸੀਂ ਇਮੈਜਿਨ ਵੀ ਨਹੀਂ ਸੀ ਕੀਤਾ ਸੀ ਜੋ ਹੋਇਆ। ਵਾਕਿਆ ਉਹ ਬਹੁਤ ਜ਼ਿਆਦਾ ਸਪੈਸ਼ਲ ਮੋਮੈਂਟ ਸੀਗੇ, ਸ਼ਾਇਦ ਖੁਦ ਦਲਜੀਤ ਲਈ ਵੀ ਉਹਨਾਂ ਦਾ ਇਹ ਫੈਨ ਬੇਹੱਦ ਸਪੈਸ਼ਲ ਰਹੇਗਾ ਹਮੇਸ਼ਾ। ਅਸ਼ਮਨ, ਜਦੋਂ ਤੁਸੀਂ ਸਟੇਜ 'ਤੇ ਜਾਂਦੇ ਹੋ ਦਲਜੀਤ ਤੁਹਾਨੂੰ ਗਲੇ ਮਿਲਦੇ ਹੈ, ਅਸੀਂ ਸਾਰਿਆਂ ਨੇ ਉਹ ਵੀਡੀਓ ਦੇਖੀ, ਲੇਕਿਨ ਉਹ ਤੁਹਾਡੇ ਕੰਨ ਦੇ ਵਿੱਚ ਕੁਛ ਕਹਿੰਦੇ ਹੈ, ਕੀ ਕਿਹਾ ਸੀ ਉਹਨਾਂ ਨੇ ਤੁਹਾਨੂੰ? ਉਹਨਾਂ ਨੇ ਆਏ ਕਿਹਾ ਸੀਗਾ ਕਿ ਮੇਰੀ ਪੱਗ ਬਹੁਤ ਸੋਹਣੀ ਆ ਅਤੇ ਆਏ ਵੀ ਕਿਹਾ ਸੀਗਾ ਕਿ ਆਪ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਦੇ ਮਾਈਕ 'ਚ ਅਤੇ ਮੇਰੀ ਪੱਗ ਦਾ ਕਿਹਾ ਸੀਗਾ ਵੀ ਬਹੁਤ ਸੋਹਣੀ ਆ ਅਤੇ ਫਿਰ ਮੈਂ ਸਾਰਿਆਂ ਨੂੰ ਮਾਈਕ ਸਤਿ ਸ਼੍ਰੀ ਅਕਾਲ ਬੁਲਾਤੀ। ਫਿਰ ਉਸ ਤੋਂ ਬਾਅਦ ਤੁਸੀਂ ਜੋ ਭੰਗੜਾ ਪਾਇਆ ਉਹ ਤਾਂ ਅਸੀਂ ਸਾਰਿਆਂ ਨੇ ਵੇਖਿਆ ਅਤੇ ਜਦੋਂ ਇੰਨਾ ਮਤਲਬ ਇੰਨੇ ਸਾਰੇ ਲੋਕ ਤੁਹਾਡੇ ਸਾਹਮਣੇ ਸੀ, ਦਲਜੀਤ ਦੁਸਾਂਝ ਦੇ ਨਾਲ ਤੁਸੀਂ ਖੜ੍ਹੇ ਹੋ, ਤੁਸੀਂ ਬਹੁਤ ਛੋਟੇ ਹੋ, ਤਾਂ ਤੁਸੀਂ ਨਰਵਸ ਹੋਏ ਸੀ ਜੋ ਸਾਨੂੰ ਤੁਹਾਡੀ ਪਰਫੋਰਮੈਂਸ ਦੇ ਵਿੱਚ ਤਾਂ ਨਜ਼ਰ ਨਹੀਂ ਆਇਆ? ਨਹੀਂ, ਮੈਂ ਨਰਵਸ ਤਾਂ ਨਹੀਂ ਸੀ ਹੋਇਆ, ਮੈਂ ਬਹੁਤ ਖੁਸ਼ ਸੀਗਾ ਅਤੇ ਹੈਪੀ ਸੀ ਕਿਉਂਕਿ ਅਸੀਂ ਹੋਰ ਵੀ ਵੱਡੀਆਂ ਸਟੇਜਾਂ 'ਤੇ ਭੰਗੜਾ ਪਾਇਆ ਗਾ, ਪਰ ਇੰਨਾ ਜ਼ਿਆਦਾ ਵਧੀਆ ਸਟੇਜ 'ਤੇ ਇੰਨੇ ਵਧੀਆ ਆਰਟਿਸਟ ਨਾਲ ਤਾਂ ਕਦੇ ਵੀ ਨਹੀਂ ਕੀਤਾ। ਮੈਨੂੰ ਲੱਗਦਾ ਤੁਸੀਂ ਸਭ ਤੋਂ ਜ਼ਿਆਦਾ ਐਕਸਾਈਟਡ ਸੀਗੇ ਕਿਉਂਕਿ ਮੈਂ ਤੁਹਾਡੀਆਂ ਹੋਰ ਵੀ ਬਹੁਤ ਸਾਰੀਆਂ ਵੀਡੀਓਜ਼ ਦੇਖੀਆਂ ਕਿ ਦਲਜੀਤ ਦੇ ਇਸ ਸ਼ੋਅ ਲਈ ਮੈਨੂੰ ਲੱਗਦਾ ਤੁਸੀਂ ਡਿਜ਼ਰਵ ਕਰਦੇ ਸੀ, ਜਿੰਨਾ ਤੁਹਾਨੂੰ ਵੇਟ ਸੀਗਾ।
ਸੋ ਜਦੋਂ ਤੁਸੀਂ ਰੈਡੀ ਹੋਏ, ਤੁਸੀਂ ਉਸ ਸ਼ੋਅ ਦਾ ਹਿੱਸਾ ਬਣੇ, ਤੁਹਾਡੇ ਲਈ ਉਹ ਮੋਮੈਂਟਸ ਕਿਵੇਂ ਦੇ ਨੇ? ਔਰ ਮੈਨੂੰ ਇਹ ਜ਼ਰੂਰ ਦੱਸੋ ਕਿ ਦਲਜੀਤ ਨੂੰ ਮਿਲਣ ਤੋਂ ਬਾਅਦ ਜਾਂ ਸਟਾਰ ਬਣਨ ਤੋਂ ਬਾਅਦ ਕਿਵੇਂ ਦਾ ਰਿਹਾ ਸੀ ਪਹਿਲਾ ਉਹ ਦਿਨ? ਨੀਂਦ ਆ ਗਈ ਸੀ ਤੁਹਾਨੂੰ? ਨਹੀਂ, ਨੀਂਦ ਨਹੀਂ ਆਈ, ਮੈਂ ਤਾਂ ਬਾਲਾ ਖੁਸ਼ ਸੀਗਾ ਤੇ ਮੈਂ ਤਾਂ ਬਹੁਤ ਜ਼ਿਆਦਾ ਥੈਂਕ ਯੂ ਕਰ ਰਿਹਾ ਸੀਗਾ। ਮੈਮ, ਜਿਸ ਤਰ੍ਹਾਂ ਅਸੀਂ ਪਹਿਲੇ ਵੀ ਗੱਲਬਾਤ ਕਰ ਰਹੇ ਹਾਂ ਕਿ ਬਾਹਰ ਰਹਿ ਕੇ ਤੁਸੀਂ ਕਿਹਾ ਕਿ ਮੈਂ ਹਰ ਇਵੈਂਟ 'ਤੇ ਆਪਣੇ ਬੱਚਿਆਂ ਨੂੰ ਸ਼ਾਮਿਲ ਕਰਦੀ ਹਾਂ ਕਿ ਉਹ ਯਾਦ ਰੱਖਣ ਉਹਨਾਂ ਨੂੰ। ਤੁਹਾਡਾ ਬੇਟਾ ਬਹੁਤ ਸੋਹਣੀ ਪੰਜਾਬੀ ਬੋਲਦਾ, ਉਹਦੀ ਪੱਗ ਦਾ ਜਿਹੜਾ ਸਟਾਈਲ ਹੈ ਉਹ ਹਰ ਕਿਸੇ ਨੇ ਐਪਰੀਸ਼ੀਏਟ ਕੀਤਾ। ਸੋ ਤੁਹਾਡੇ ਲਈ ਬਾਹਰ ਰਹਿ ਕੇ ਆਪਣੇ ਵਿਰਸੇ ਦੇ ਨਾਲ ਬੱਚਿਆਂ ਨੂੰ ਜੋੜੇ ਰੱਖਣਾ ਇਹ ਕਿਸ ਤਰ੍ਹਾਂ ਦਾ ਅਨੁਭਵ ਹੈ, ਜਾਂ ਤੁਸੀਂ ਦੂਸਰਿਆਂ ਨੂੰ ਕੀ ਕਹਿਣਾ ਚਾਹੁੰਦੇ ਹੋ ਇਸ ਚੀਜ਼ ਨੂੰ ਲੈ ਕੇ? ਐਕਚੁਲੀ ਬਹੁਤ ਬਹੁਤ ਸੋਹਣਾ ਪਲ ਆ ਇਹ ਜਿਹਨੂੰ ਅਸੀਂ ਇੰਜੋਏ ਕਰ ਰਹੇ ਹਾਂ ਨਾ, ਅਤੇ ਬਹੁਤ ਖੁਸ਼ੀ ਹੋ ਰਹੀ ਹੈ ਮੈਨੂੰ ਕਿ ਮੇਰੇ ਸਾਡੇ ਸਾਰਿਆਂ ਦੇ ਜਿਹੜੇ ਐਫਰਟ ਸੀ ਅਤੇ ਇਹਦਾ ਜਿਹੜਾ ਰਿਜ਼ਲਟ ਸਾਨੂੰ ਮਿਲਿਆ, ਅਤੇ ਬਹੁਤ ਸਾਰਾ ਮੈਲਬਰਨ ਸਾਰੇ ਜਾਣੇ, ਇੰਡੀਆ ਤੋਂ ਵੀ ਮੀਆਂ ਕਾਲਸ ਆ ਰਹੀਆਂ, ਸਾਰੇ ਬਹੁਤ ਪਿਆਰ ਕਰ ਰਹੇ ਨੇ ਐਸ਼ਮਨ ਨੂੰ। ਐਸ਼ਮਨ ਦੀ ਵੀ ਬਹੁਤ ਜ਼ਿਆਦਾ ਮਿਹਨਤ ਸੀ, ਸਾਡੀ ਵੀ ਬਹੁਤ ਜ਼ਿਆਦਾ ਮਿਹਨਤ ਸੀ, ਅਤੇ ਡੇ 1 ਤੋਂ ਹੀ ਜਦੋਂ ਦੇ ਬੱਚੇ ਮੇਰੀ ਲਾਈਫ 'ਚ ਆਏ ਨੇ ਦੋਨੋਂ, ਜੈਸਮਨ ਐਸ਼ਮਨ ਦੀ ਸਿਸਟਰ ਇਹ ਤੋਂ 3 ਸਾਲ ਵੱਡੀ ਆ, ਅਤੇ ਦੋਨੋਂ ਬੱਚਿਆਂ ਨੂੰ ਮੇਰੀ ਬਹੁਤ ਜ਼ਿਆਦਾ ਮਤਲਬ ਕੋਸ਼ਿਸ਼ ਇਹੀ ਰਹੀ ਹੈ ਕਿ ਮੈਂ ਇਹਨਾਂ ਨੂੰ ਪੰਜਾਬੀ ਦੇ ਨਾਲ, ਸਾਡੇ ਕਲਚਰ ਦੇ ਨਾਲ, ਸਾਡੀਆਂ ਜੜ੍ਹਾਂ ਦੇ ਨਾਲ ਜੋੜ ਕੇ ਰੱਖਾਂ। ਅਤੇ ਘਰ ਦੇ ਵਿੱਚ ਮੈਂ ਪਹਿਲੇ ਦਿਨ ਤੋਂ ਇਹੀ ਮਾਹੌਲ ਬਣਾਇਆ ਸੀ ਕਿ ਅਸੀਂ ਇੰਗਲਿਸ਼ ਦੇ ਵਿੱਚ ਘਰ 'ਚ ਗੱਲ ਨਹੀਂ ਕਰਨੀ। ਪਹਿਲਾਂ ਮੈਨੂੰ ਕਈਆਂ ਨੇ ਕਿਹਾ ਕਿ ਜਦੋਂ ਬੱਚਿਆਂ ਦੀ ਸਕੂਲਿੰਗ ਸ਼ੁਰੂ ਹੋਣੀ ਹੈ ਇਹਨਾਂ ਨੂੰ ਬਹੁਤ ਜ਼ਿਆਦਾ ਪ੍ਰੋਬਲਮ ਆਉਣੀ ਆ, ਸਕੂਲ ਦੇ ਵਿੱਚ ਇਹ ਕਿੱਦਾਂ ਕਮਿਊਨੀਕੇਟ ਕਰਨਗੇ ਕਿ ਤੁਸੀਂ ਇੰਨੀ ਮਤਲਬ ਪੰਜਾਬੀ ਦੇ ਵਿੱਚ ਹੀ ਬੱਚਿਆਂ ਦੇ ਨਾਲ ਗੱਲਬਾਤ ਕਰਦੇ ਹੋ ਘਰ ਦੇ ਵਿੱਚ। ਬਟ ਆਈ ਡੋਂਟ ਨੋ ਇਹਨਾਂ ਨੇ ਕਿੱਦਾਂ ਕੀਤਾ, ਪਤਾ ਨਹੀਂ, ਬੱਚੇ ਸਮਾਰਟ ਹੀ ਇੰਨੇ ਹੁੰਦੇ ਨੇ, ਅਤੇ ਜਦੋਂ ਇਹਨਾਂ ਦੀ ਸਕੂਲਿੰਗ ਸ਼ੁਰੂ ਹੋਈ ਇਹਨਾਂ ਨੂੰ 1% ਦੀ ਕੋਈ ਪ੍ਰੋਬਲਮ ਆਈ ਨਹੀਂ ਕਿ ਇਹ ਮੈਨੂੰ ਕਦੇ ਸਕੂਲ ਤੋਂ ਜਾਂ ਕੋਈ ਕਿਸੇ ਟੀਚਰ ਤੋਂ ਕੋਈ ਕੰਸਰਨ ਆਇਆ ਹੋਵੇ ਕਿ ਇਹਨਾਂ ਨੂੰ ਇੰਗਲਿਸ਼ 'ਚ ਪ੍ਰੋਬਲਮ ਆ ਰਹੀ ਆ। ਸੋ ਇਹ ਇੰਗਲਿਸ਼ ਵੀ ਬਹੁਤ ਜ਼ਿਆਦਾ ਵਧੀਆ ਤਰੀਕੇ ਨਾਲ ਅੰਡਰਸਟੈਂਡ ਕਰਦੇ ਸੀ ਅਤੇ ਬੋਲਦੇ ਸੀ ਸਟਾਰਟ ਜਦੋਂ ਇਹਨਾਂ ਦਾ ਸਕੂਲ ਹੋਇਆ। ਅਤੇ ਪੰਜਾਬੀ ਤਾਂ ਇਹਨਾਂ ਦੀ ਬਹੁਤ ਸੋਹਣੀ ਹੈ, ਕਈ ਵਾਰੀ ਅਸੀਂ ਇੰਗਲਿਸ਼ ਦੇ ਵਰਡ ਯੂਜ਼ ਕਰ ਲੈਂਦੇ ਹਾਂ ਡੇਲੀ ਲਾਈਫ ਦੇ ਵਿੱਚ, ਬਟ ਇਹ ਤਾਂ ਇੰਨੇ ਟਿਪੀਕਲ ਪੰਜਾਬੀ ਬੋਲਦੇ ਨੇ, ਜਿੰਨੇ ਸਾਡੀ ਜਾਣ ਪਛਾਣ ਵਾਲੇ ਨੇ ਸਾਰੇ ਇਹਨਾਂ ਦੀ ਪੰਜਾਬੀ ਤੋਂ ਬਹੁਤ ਖੁਸ਼ ਹੁੰਦੇ ਨੇ ਕਿ ਬਹੁਤ ਪਿਓਰ ਪੰਜਾਬੀ ਬੋਲਦੇ ਆ ਬੱਚੇ। ਨਹੀਂ, ਵਾਕਿਆ ਮੈਂ ਅਸ਼ਮਨ ਅਤੇ ਉਹਦੀ ਸਿਸਟਰ ਦੀਆਂ ਬਹੁਤ ਸਾਰੀਆਂ ਵੀਡੀਓਜ਼ ਵੀ ਦੇਖੀਆਂ ਜਿਹਦੇ 'ਚ ਉਹ ਬਹੁਤ ਸੋਹਣਾ ਭੰਗੜਾ ਕਰਦੇ ਹੋਏ ਨਜ਼ਰ ਆ ਰਹੇ ਨੇ। ਅਸ਼ਮਨ, ਦਲਜੀਤ ਦੋਸਾਂਝ ਦਾ ਕਿਹੜਾ ਅਜਿਹਾ ਗੀਤ ਹੈ, ਵੈਸੇ ਤਾਂ ਮੈਨੂੰ ਲੱਗਦਾ ਤੁਹਾਨੂੰ ਸਾਰੇ ਪਸੰਦ ਹੋਣਗੇ, ਜੋ ਤੁਹਾਨੂੰ ਬੇਹੱਦ ਪਸੰਦ ਹੈ? ਇਹ ਜਿਹਾ ਕੋਈ ਗਾਣਾ ਨਹੀਂ, ਮੈਨੂੰ ਸਾਰੇ ਇੱਕ ਲਈ ਬਹੁਤ ਜ਼ਿਆਦਾ ਪਸੰਦ ਨੇ। ਫਿਰ ਵੀ ਕੋਈ ਇੱਕ ਸ਼ੋਰ ਨਹੀਂ ਹੈਗਾ, ਸਾਰੇ ਪਸੰਦ ਆ। ਓਕੇ, ਟਾਈਮ ਦਾ ਮੇਰਾ। ਓਕੇ ਦਲਜੀਤ ਦੋਸਾਂਝ ਦੇ ਤੁਸੀਂ ਹਮੇਸ਼ਾ ਤੋਂ ਫੈਨ ਹੋ, ਤੁਸੀਂ ਚਾਹੁੰਦੇ ਸੀ ਇੱਕ ਨਜ਼ਰ ਉਹਨਾਂ ਦੀ ਤੁਹਾਡੇ 'ਤੇ ਪੈ ਜਾਏ, ਹੈ ਨਾ? ਤੁਹਾਡੇ ਲਈ ਉਹ ਕੀ ਮੋਮੈਂਟ ਸੀ ਜਦੋਂ ਤੁਹਾਡੇ ਨਾਲ ਗੱਲ ਕਰਦੇ ਆ, ਕਹਿੰਦੇ ਆ ਕਿ ਤੁਸੀਂ ਆਪਣੇ ਫਾਦਰ ਨੂੰ ਕਿਉਂ ਨਹੀਂ ਲੈ ਕੇ ਆਏ, ਫਿਰ ਉਹਨਾਂ ਦੀ ਟੀਮ ਤੁਹਾਨੂੰ ਸਟੇਜ 'ਤੇ ਲੈ ਜਾਂਦੀ ਹੈ, ਤੁਹਾਡੇ ਲਈ ਉਹ ਕੀ ਮੋਮੈਂਟ ਸੀਗੇ? ਉਹ ਤਾਂ ਮੇਰੀ ਪੂਰੀ ਜ਼ਿੰਦਗੀ ਯਾਦ ਰਹਿਣਗੇ, ਇੰਨੇ ਜ਼ਿਆਦਾ ਵਧੀਆ ਮੂਮੈਂਟ ਸੀਗੇ। ਅਤੇ ਹੁਣ ਅਸੀਂ ਸਪੈਸ਼ਲ ਥੈਂਕ ਯੂ ਕਰਨ ਬ੍ਰਿਸਬਨ ਵੀ ਜਾ ਰਹੇ ਹਾਂ ਇੱਕ ਸ਼ੋਅ 'ਚ, ਕੱਲ੍ਹ ਨੂੰ ਫਲਾਈਟ ਆ ਸਾਡੀ। ਅਤੇ ਹੁਣ ਇਸ ਵਾਰ ਅਸੀਂ ਸਪੈਸ਼ਲ ਡੈਡੀ ਨੂੰ ਲੈ ਕੇ ਜਾ ਰਹੇ ਹਾਂ, ਕਿਉਂਕਿ ਆਹ ਲਾਈਫ ਦਾ ਮੋਸਟ ਵਨ ਆਫ ਦਾ ਮੈਮੋਰੇਬਲ ਮੂਮੈਂਟ ਸੀਗਾ, ਅਤੇ ਡੈਡੀ ਤੋਂ ਮਿਸ ਹੋ ਗਿਆ, ਤਾਂ ਹੀ ਹੁਣ ਅਸੀਂ ਬ੍ਰਿਸਬਨ ਲੈ ਕੇ ਜਾ ਰਹੇ ਹਾਂ। ਤੁਸੀਂ ਕਿਹਾ ਕਿ ਦਲਜੀਤ ਦੋਸਾਂਝ ਦੀ ਗਾਇਕੀ ਆ ਉਹਨਾਂ ਦੀ ਤਰ੍ਹਾਂ ਤੁਸੀਂ ਵੀ ਸਟਾਰ ਬਣਨਾ ਚਾਹੁੰਦੇ ਹੋ, ਲੇਕਿਨ ਉਹਨਾਂ ਦੀ ਇੱਕ ਚੀਜ਼ ਨੂੰ ਤੁਸੀਂ ਐਡਮਾਇਰ ਕੀਤਾ ਜਿਹਨੂੰ ਮੈਂ ਸੁਣ ਰਹੀ ਸੀ ਕਿ ਮੈਂ ਉਹਨਾਂ ਦੀ ਤਰ੍ਹਾਂ ਇੱਕ ਹੰਬਲ ਅਤੇ ਚੰਗਾ ਇਨਸਾਨ ਵੀ ਬਣਨਾ ਚਾਹੁੰਦਾ। ਤੁਸੀਂ ਬਹੁਤ ਛੋਟੇ ਹੋ, ਤਾਂ ਤੁਸੀਂ ਇਹਨਾਂ ਚੀਜ਼ਾਂ ਨੂੰ ਕਿਵੇਂ ਫੀਲ ਕੀਤਾ? ਮੈਂ ਤਾਂ ਬਸ ਇਹ ਸੋਚ ਰਿਹਾ ਸੀਗਾ ਕਿ ਉਹ ਕਿੰਨੇ ਜ਼ਿਆਦਾ ਚੰਗੇ ਨੇ ਅਤੇ ਪੋਜ਼ਿਟਿਵ ਨੇ, ਬਹੁਤ ਹੰਬਲ ਵੀ ਨੇ। ਦਲਜੀਤ ਦੋਸਾਂਝ ਭਾਜੀ ਬਹੁਤ ਜ਼ਿਆਦਾ ਪੋਜ਼ਿਟਿਵ ਨੇ, ਇਹ ਕਹਿੰਦਾ ਕਿ ਕਾਸ਼ ਮੇਰੇ ਚ ਇੰਨੀ ਪੋਜ਼ਿਟਿਵਿਟੀ ਆਵੇ ਤੇ ਮੈਂ ਵੀ ਸਾਰਿਆਂ ਨੂੰ ਵੱਡਾ ਹੋ ਕੇ ਇੰਨਾ ਪਿਆਰ ਕਰਾਂ।
मैम आई थिंक थोड़ी रिस्पोंसिबिलिटी भी बढ़ गई है, तुसी अपने बच्चों कल्चर के नाल तो जोड़ के रखे, लेकिन थोड़ा बेटा जो इस तरीके नाल कह सकते हैं कि सुरखियां दे विच आया अपने पहरावे नूं लैके, या वो डिजर्व करता सीगा, थोड़ी जिम्मेदारी भी हुण बढ़ गई है, और अशमन नूं लैके या बाकियां नूं इंस्पायर करन नूं लैके कि टर्बन बनना या अपने विरसे नाल तुसी जिथे भी रहिंदे होवो जुड़े रहना किन्ना जरूरी है। बिल्कुल जी बिल्कुल। और मेरा सवाल थोड़े तो यह भी है कि बहुत सारे लोग है जेडे अशमन नू एप्रीशिएट कर रहे हैं, उसकी तारीफ कर रहे हैं, करनी बनती भी है, लेकिन उस दे नाल नाल कुछ होर गल्लां भी जेड़ियां आपां शायद पहले भी कर रहे सीगे कि कुछ होई हैं। मैं चाहूँगी थोड़े लिए चंगी चीज़ और आलोचना दोनों नू सुनना किवें दा अनुभव है। बहुत छोटा बच्चा है थोड़ा, हले उन्हें अपनी जिंदगी च बहुत सारिया तरक्कियां करनी है, पर तुसी ये चाहोगे कि वो अपनी पहचान दे नाल दुनिया दे विच नाम कमावे? हाँ जी, एप्रीशिएशन तो बहुत ज्यादा मिल रही है, सारे बहुत प्यार कर रहे हैं, बहुत खुश ने सारे मेलबर्न नू अशमन ते प्राउड है कि इन्हें किन्ने सोहने तरीके नाल परफॉर्म किया, ते अशमन नू भी इन्नी रिस्पैक्ट इन्ना रिगार्ड मिलिया दलजीत दोसांझ तो। बट ऑब्वियसली दोनों साइड्स हर बंदे नू फेस करनी पैंदियां ने, ते नेगेटिविटी नू भी असी पॉजिटिविटी च ही लैके चल रहे हैं, क्योंकि वह चीज़ां ते होनियां जरूरी भी ने, ते तुहानू भी अपनियां कमियां दा पता लगता जे, है ना, इस करके वह चीज़ां दा इन्ना मतलब इन्ना असर नहीं हो रहा, उन्हां नू आपां हस के ही टाल रहे हैं, क्योंकि अशमन बहुत टाइम तो मेहनत कर रहा है, मैं भी पता मेरे बच्चे ने किन्ना हार्ड वर्क किया, तो हूँ तो अशमन के लिए इन्ना वधिया ये हो गया कि अशमन नू होर ज्यादा मोटिवेशन मिल गई है, तो मैं लगता है अशमन हूँ डबल मेहनत करेगा। तो अशमन मैं यही समझाया कि हर बंदे नू अपने काम के नाल ही जिंदगी दे विच जवाब देना, तो तू इन्नी मेहनत करके एक दिन तेनों इस मेहनत का फल जरूर मिलना। वाकई बहुत बहुत वधिया गल्लां, शायद ये वैल्यूज़ अपने बच्चों नू देना बहुत जरूरी है। अशमन जदों फिर दलजीत दे शो तो बाद तुसी स्कूल च गए तो फिर किस तरह का फील किया, स्टार फील करवाया सब ने? हाँ जी, एक मेरे दोस्त की पार्टी सी ते उन्हां दे घरे उन्होंने सारे ने मेरी वीडियोज़ देखिया सीगिया, ते जो मैं स्कूल आया सी उह सारे मेरे लिए ताड़ियां मार रहे सीगे, ते कहंदे सीगे भी मैं सुपरस्टार बन गया, कलाकार भी बनना चाहूंगा, मैं हुण सिंगिंग भी सीखन लग्या गा, ते एक मूवी दे विच छोटा जिहा रोल मिलिया सीगा मिस्टर शदाई, ओ भी थोड़ी जिही टाइम आ रही आ, ते हाँ जी मैं यही लाइन च जाना चाहूंगा। वाकई बेस्ट बेस्ट विशेज़ है थानू ओदे लई, तां हले भी मेरे माइंड चो सारियां वीडियोज़ चल रही हैं, दलजीत दोसांझ थोड़ियां पिक्चर्स शेयर करते हैं, वो स्टोरीज़ पाउंदे हैं, शायद बहुत वड्डा मोमेंट है, थानू ग्लव्स मिलिया या उन्होंने जैकेट जदों बॉर्न टू शाइन दिखा के थोड़े जैकेट पाई, तो आई थिंक सारे लिए बड़ा इमोशनल जहा मोमेंट सी। जी बिल्कुल बिल्कुल, बहुत ज़्यादा इमोशनल, सारे ने उस मूवमेंट बहुत इंजॉय किया। मैम जिस तरह असी गलबात कर रहे हैं, चाहे थोड़े वालों अशमन नू एप्रीशिएट किया जाता होवे इन्हां चीज़ां दे लई, या जिस तरह मैं कहा कि वह अपनी पहचान नाल अगे वधे, थोड़े लिए किवें दा सफर है बाहर रह के अपने बच्चों नू पढ़ाना, वैल्यूज़ देना, काम भी करना, और ये चीज़ मतलब उन्होंने सुपनों कि वह की बनना चाहते हैं वो भी उन्होंने सहयोग करना, थोड़े लिए किस तरह का सफर चल रहा उ? मेरे लिए स्टार्टिंग बहुत ज़्यादा चैलेंजिंग सीगा, ते पर हुण करते करते इन्ने साल हो गए, असल च हुण करना वधिया लगता, तो हुण तो इतों भी ज़्यादा वधिया लगेगा, क्योंकि जिहड़ा रिजल्ट मिलिया तो उहदे नाल थोड़ा जिहा होर पुश मिल गया, होर मोटिवेशन मिल गई कि यस होर करांगे, अगे भी करांगे, ज़्यादा मेहनत करांगे। बट बहुत औखा हुंदा बैलेंस करना, वर्क लाइफ भी हैगी आ, घर भी संभालना, बच्चों पर भी ध्यान देना, कदे कदे तो बहुत स्ट्रैसफुल भी हो जाता, तो सैक्रीफाइस भी करने पैंदे ने, तुहानू बहुत सोहणियां जॉब ऑफरस भी रिजैक्ट करनियां पैंदियां, क्योंकि जे तुहाडी लाइफ दे विच प्रायोरिटी बच्चे बन चुके ने, जे तुहानू लगता कि तुसीं अपने बच्चों के ड्रीम्स पूरे करना चाहते हो, तो फिर कितना कितना तुहानू अपने ड्रीम्स मारने पैंदे ने।
ਆਪਣੀਆਂ ਤੁਹਾਡੀਆਂ ਕੀ ਖੁਆਇਸ਼ਾਂ ਨੇ, ਕੀ ਤੁਸੀਂ ਸੋਚਦੇ ਹੋ, ਤੁਹਾਡਾ ਵੀ ਕੈਰੀਅਰ ਕਈ ਵਾਰੀ ਤੁਹਾਨੂੰ ਦਾਅ ਤੇ ਲਾਉਣਾ ਪੈਂਦਾ, ਤੇ ਇਹ ਚੀਜ਼ਾਂ ਮੇਰੇ ਨਾਲ ਬਹੁਤ ਹੋਈਆਂ ਨੇ ਪਿਛਲੇ 15 ਸਾਲ ਦੇ ਵਿੱਚ। ਮੈਂ ਮਤਲਬ ਬਹੁਤ ਸਾਰੇ ਸੈਕਰੀਫਾਈਸ ਕੀਤੇ ਨੇ ਆਪਣੀ ਸਟੱਡੀ ਨੂੰ ਲੈ ਕੇ, ਆਪਣੀ ਜੌਬ ਨੂੰ ਲੈ ਕੇ, ਤੇ ਪਰ ਹੁਣ ਮੇਰੀ ਆਦਤ ਬਣ ਚੁੱਕੀ ਆ ਤੇ ਮੈਨੂੰ ਵਧੀਆ ਵੀ ਲੱਗ ਰਿਹਾ। ਮੈਨੂੰ ਮਤਲਬ ਮਜ਼ਾ ਆਉਂਦਾ ਇਹਨਾਂ ਦਾ ਸਾਥ ਦੇ ਕੇ, ਇਹਨਾਂ ਇੰਨੇ ਐਫਰਟਸ ਕਰਕੇ। ਤੇ ਐਸ਼ਮਨ ਦੇ ਡੈਡੀ ਦੀ ਵੀ ਬਹੁਤ ਜ਼ਿਆਦਾ ਸਪੋਰਟ ਹੁੰਦੀ ਆ, ਕਿਉਂਕਿ ਜੇ ਉਹਨਾਂ ਦੀ ਸਪੋਰਟ ਨਾ ਹੋਵੇ ਤਾਂ ਮੈਂ ਕਦੇ ਇਹਨਾਂ ਨੂੰ ਬਾਹਰ ਨਾ ਲੈ ਕੇ ਜਾਵਾਂ। ਤੇ ਮੰਡੇ ਟੂ ਫਰਾਈਡੇ ਮੇਰੀ ਜੌਬ ਹੁੰਦੀ ਆ, ਸੈਟਰਡੇ ਸੰਡੇ 2 ਦਿਨ ਮੇਰੇ ਇਹਨਾਂ ਨੂੰ ਜੋ ਵੀ ਮੈਲਬਰਨ ਦੇ ਵਿੱਚ ਹੋ ਰਿਹਾ, ਇਹਨਾਂ ਦੀਆਂ ਭੰਗੜਾ ਪ੍ਰੈਕਟਿਸ ਚੱਲਦੀਆਂ ਨੇ, 2-2.5 ਘੰਟੇ ਦੀਆਂ ਕਲਾਸਿਸ ਹੁੰਦੀਆਂ ਨੇ, ਉਹ ਵੀ ਅਟੈਂਡ ਕਰਨੀ ਆ। ਸੈਟਰਡੇ ਨੂੰ ਇਹਨਾਂ ਦਾ ਪੰਜਾਬੀ ਸਕੂਲ ਹੁੰਦਾ ਹੈ, 3-4 ਘੰਟੇ ਉੱਥੇ ਵੀ ਲੈ ਕੇ ਜਾਣਾ, ਤੇ ਵੀਕ 'ਚ 1 ਦਿਨ ਇਹਨਾਂ ਨੂੰ ਸੌਕਰ 'ਤੇ ਵੀ ਲੈ ਕੇ ਜਾਣਾ, ਵੀਕ 'ਚ 2 ਦਿਨ ਇਹਨਾਂ ਨੂੰ ਗੁਰਦੁਆਰਾ ਸਾਹਿਬ ਵੀ ਲੈ ਕੇ ਜਾਣਾ। ਸੋ ਮੇਰੀ ਟਰਾਈ ਹੁੰਦੀ ਹੈ ਕਿ ਮਤਲਬ ਇਹਨਾਂ ਦੀ ਜ਼ਿੰਦਗੀ ਦੇ 5-5 ਮਿੰਟ ਜਿੱਥੇ ਸੋਹਣੇ ਤਰੀਕੇ ਨਾਲ ਯੂਟੀਲਾਈਜ਼ ਹੋ ਜਾਣ, ਉਹ ਮਤਲਬ ਕਰਦੇ ਆ ਪ੍ਰੋਪਰ ਤਰੀਕੇ ਨਾਲ। ਬਿਲਕੁਲ ਅਸ਼ਮਨ, ਕੁਝ ਅਜਿਹਾ ਜੋ ਦਲਜੀਤ ਦੁਸਾਂਝ ਨੂੰ ਤੁਸੀਂ ਕਹਿਣਾ ਚਾਹੁੰਦੇ ਹੋ? ਮੈਂ ਇਹ ਕਹਿਣਾ ਚਾਹੁੰਦਾ ਕਿ ਮੈਂ ਉਹਨਾਂ ਨੂੰ ਬਹੁਤ ਥੈਂਕ ਯੂ ਕਰ ਦਾਂਗਾ, ਤੇ ਅਸੀਂ ਤੁਹਾਡਾ ਥੈਂਕ ਯੂ ਕਰਨ ਲਈ ਵਿਸ਼ ਬਣਾ ਰਹੇ ਹਾਂ, ਪਰ ਹੁਣ ਸਾਡਾ ਥੈਂਕ ਯੂ ਹੋਣਾ ਨਹੀਂ ਕਿ ਤੁਸੀਂ ਸਾਨੂੰ ਇੰਨਾ ਵਧੀਆ ਮੌਕਾ ਦਿੱਤਾ ਗਾ, ਪਤਾ ਨਹੀਂ ਅਸੀਂ ਕਿਵੇਂ ਕਰੀਏ, ਪਰ ਅਸੀਂ ਵਿਸ਼ ਬਣਾ ਰਹੇ ਹਾਂ ਤੁਹਾਨੂੰ ਦੇਖਣ ਲਈ, ਤੇ ਥੈਂਕ ਯੂ ਕਰ ਡੈਡੀ ਦੇ ਨਾਲ। ਸਪੈਸ਼ਲ ਆਪਣੇ ਡੈਡੀ ਨੂੰ ਲੈ ਕੇ ਆ ਰਿਹਾ ਐਸ਼ਮਨ ਆਪਣੇ ਡੈਡੀ ਤੋਂ, ਕਿਉਂਕਿ ਡੈਡੀ ਮਿਸ ਹੋ ਗਈ ਜਾ ਪਾਏ ਸੀਗੇ ਜੀ, ਤੇ ਉਹ ਹੁਣ ਚਾਹੁੰਦੇ ਨੇ ਕਿ ਮਤਲਬ ਮੈਂ ਵੀ ਉਹ ਮੂਮੈਂਟ ਨੂੰ ਮੈਂ ਮਿਸ ਤਾਂ ਕਰ ਲਿਆ, ਪਰ ਚਲੋ ਮੇਰੇ ਕੋਲ ਸਟਿਲ ਇੱਕ ਮੌਕਾ ਹੈ, ਮੈਂ ਬ੍ਰਿਸਬਨ ਦਾ ਸ਼ੋਅ ਇੰਜੋਏ ਕਰਨਾ ਚਾਹੁੰਦਾ। ਨਹੀਂ ਬਿਲਕੁਲ, ਬਹੁਤ ਚੰਗਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ, ਖਾਸ ਕਰ ਅਸ਼ਮਨ ਜੀ ਦੇ ਤੋਂ ਅਸੀਂ ਜਾਣਨਾ ਚਾਹੁੰਦੇ ਸੀ ਕਿ ਉਹਦੇ ਲਈ ਕੀ ਮੂਮੈਂਟ ਸੀਗੇ। ਦਲਜੀਤ ਦੁਸਾਂਝ ਦੇ ਬੇਸ਼ੱਕ ਅਜਿਹੇ ਫੈਨਸ ਮੌਜੂਦ ਨੇ ਜਿਹੜੇ ਇਮੋਸ਼ਨਲ ਹੋ ਜਾਂਦੇ ਆ, ਜਿਸ ਤਰ੍ਹਾਂ ਅਸ਼ਮਨ ਵੀ ਚਾਹੁੰਦਾ ਸੀ ਕਿ ਇੱਕ ਨਜ਼ਰ ਸਿਰਫ ਦਲਜੀਤ ਦੀ ਉਹਨਾਂ 'ਤੇ ਪੈ ਜੇ, ਉਹਨਾਂ ਦਾ ਸਫਲ ਹੋ ਜੂਗਾ ਇੱਥੇ ਆਇਆ ਹੋਇਆ। ਸੋ ਬਹੁਤ ਬਹੁਤ ਸ਼ੁਕਰੀਆ ਸਾਡੇ ਨਾਲ ਗੱਲਬਾਤ ਕਰਨ ਲਈ, ਔਰ ਮੈਮ ਅਸੀਂ ਚਾਹਵਾਂਗੇ ਕਿ ਤੁਸੀਂ ਆਪਣੇ ਬੱਚਿਆਂ ਨੂੰ ਜੋ ਵੈਲਿਊਜ਼ ਦਿੱਤੀਆਂ ਜਾਂ ਆਪਣੇ ਪੰਜਾਬੀ ਕਲਚਰ ਦੇ ਨਾਲ ਜੋੜ ਕੇ ਰੱਖਿਆ, ਇਹ ਦੂਸਰੇ ਵੀ ਇਸ ਚੀਜ਼ ਤੋਂ ਇੰਸਪਾਇਰ ਹੋਣ। ਬਹੁਤ ਬਹੁਤ ਬੈਸਟ ਵਿਸ਼ਿਜ਼ ਅਸ਼ਮਨ, ਉਮੀਦ ਹੈ ਕਿ ਤੁਸੀਂ ਆਪਣੇ ਸੁਪਨੇ ਵੱਡੇ ਹੋ ਕੇ ਜ਼ਰੂਰ ਪੂਰੇ ਕਰੋਗੇ। ਥੈਂਕ ਯੂ ਸੋ ਮਚ। ਸੋ ਇਹ ਸਨ ਸਾਡੇ ਨਾਲ ਅਸ਼ਮਨ ਅਤੇ ਉਹਨਾਂ ਦੇ ਮਦਰ ਜਸਵੀਰ ਕੌਰ, ਜਿਸ ਨੂੰ ਅਸੀਂ ਦਲਜੀਤ ਦੁਸਾਂਝ ਦੇ ਸ਼ੋਅ ਦੇ ਵਿੱਚ ਕਾਫੀ ਹਾਈਲਾਈਟ ਹੁੰਦੇ ਹੋਏ ਦੇਖਿਆ ਸੀਗਾ। ਅਸ਼ਮਨ ਕਹਿ ਸਕਦੇ ਹਾਂ ਕਿ ਅਜਿਹੇ ਸੁਪਰ ਸਟਾਰ ਬਣ ਗਏ ਕਿ ਹਰ ਕੋਈ ਉਹਨਾਂ ਨੂੰ ਛੋਟਾ ਦਲਜੀਤ ਕਹਿ ਕੇ ਬੁਲਾ ਰਿਹਾ ਸੀਗਾ। ਬਹੁਤ ਸੋਹਣੀਆਂ ਗੱਲਾਂ ਉਹਨਾਂ ਨੇ ਕੀਤੀਆਂ ਛੋਟੀ ਉਮਰ ਦੇ ਵਿੱਚ। ਦਲਜੀਤ ਦੁਸਾਂਝ ਤਾਂ ਅਜਿਹੇ ਗਾਇਕ ਹੈ ਹੀ ਜਿਨ੍ਹਾਂ ਨੇ ਅਨੇਕਾਂ ਸਨਮਾਨ ਆਪਣੇ ਨਾਮ ਦਰਜ